ਪੈਟਰੋਲ ਪੰਪ 'ਤੇ ਜਦੋਂ ਜਾਂਦੇ ਹਾਂ ਉਹਦੇ ਨਾਲ ਇੱਕ ਜਿਹੜੇ ਐਕਸਟਰਾ ਫੀਚਰ ਹੁੰਦੇ ਨੇ ਜਿਵੇਂ ਫਰੀ ਏਅਰ ਹੋ ਗਈ ਜਾਂ ਇੱਕ ਦੋ ਚਲੋ ਗੱਡੀ ਗੁੱਡੀ ਧੋਣ ਵਾਲਾ ਤਾਂ ਮਿਲ ਜਾਂਦਾ, ਪਰ ਇਹ ਹੋਟਲ ਵਾਲਾ ਕਨਸੈਪਟ ਕਿੱਥੋਂ ਆਇਆ ਵੀ ਆਪਾਂ ਰੂਮ ਵੀ ਬਣਾਏ ਨੇ ਰੈਸਟੋਰੈਂਟ ਵੀ ਬਣਾਏ? ਜਿਹੜਾ ਸਾਡਾ ਮੋਟੋ ਹੈ ਉਹ ਹੈਗਾ ਜੀ ਆਲਵੇਜ਼ ਫਰੈਸ਼ ਜੀ, ਮਤਲਬ ਆਪਾਂ ਬਿਲਕੁਲ ਫਰੈਸ਼ ਖਾਣਾ ਦੇਵਾਂਗੇ, ਜੇ ਸਾਡੇ ਕੋਲ ਫਰੈਸ਼ ਨਹੀਂ ਹੈ ਤਾਂ ਅਸੀਂ ਨਹੀਂ ਦੇਵਾਂਗੇ। ਆਪਣੇ ਕੋਲ ਜੀ 6 ਰੂਮ ਹੈਗੇ ਆ। ਠੀਕ ਹੈ ਜੀ, ਹਾਂਜੀ। ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਖੜ੍ਹੇ ਜੀ ਜਲੰਧਰ ਪਠਾਨਕੋਟ ਰੋਡ ਦੇ ਉੱਪਰ, ਅਤੇ ਜਿਹੜਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਆਪਣੇ ਮਿੱਤਰ ਦਾ ਪੈਟਰੋਲ ਪੰਪ ਹੈ। ਪੈਟਰੋਲ ਪੰਪ ਤਾਂ ਖਾਸ ਕਰਕੇ ਤੁਸੀਂ ਸਾਰਿਆਂ ਨੇ ਆਮ ਆਪਾਂ ਤੇਲ ਪਾਉਣੇ ਦੇਖਦੇ ਰਹਿੰਦੇ ਹਾਂ, ਪਰ ਇਹ ਪੈਟਰੋਲ ਪੰਪ ਦੇ ਵਿੱਚ ਇੱਕ ਬਾਈ ਨੇ ਨਾ ਬਹੁਤ ਖਾਸ ਗੱਲ ਕੀਤੀ ਹੈਗੀ, ਜਿਹੜੀ ਖਾਲੀ ਪਈ ਸਪੇਸ ਸੀ ਉਹਨੂੰ ਸਹੀ ਤਰੀਕੇ ਨਾਲ ਵਰਤਿਆ ਅਤੇ ਲੋਕਾਂ ਦੀ ਸਹਾਇਤਾ ਲਈ ਵਰਤਿਆ। ਮੇਨ ਜਿਵੇਂ ਆਪਾਂ ਕਹਿ ਦਈਏ ਬਾਹਰਲੇ ਕੰਟਰੀ 'ਚ ਆਪਾਂ ਜਾਂਦੇ ਨਾ ਵੀ ਪੈਟਰੋਲ ਪੰਪ 'ਤੇ ਆਪਣੂੰ ਸਾਰੀਆਂ ਚੀਜ਼ਾਂ ਇੱਕ ਥਾਂ 'ਤੇ ਮਿਲ ਜਾਂਦੀਆਂ ਨੇ, ਕੋਈ ਆਪਾਂ ਸ਼ੋਪਿੰਗ ਕਰਨੀ ਆ ਜਾਂ ਕੋਈ ਰੈਸਟੋਰੈਂਟ ਦੇ ਵਿੱਚ ਖਾਣਾ ਖਾਣਾ ਜਾਂ ਆਪਾਂ ਰੂਮ ਵਗੈਰਾ ਲੈਣੇ ਆ, ਅਤੇ ਉਹ ਬਾਈ ਨੇ ਇੱਥੇ ਸਾਰੀ ਸਹੂਲਤ ਦਿੱਤੀ ਹੈਗੀ। ਅਤੇ ਇਹਦੇ ਵਿੱਚ ਇੱਕ ਚੀਜ਼ ਪੋਜ਼ਿਟਿਵ ਦੱਸਣੀ ਗੱਲ ਇਹ ਬਣਦੀ ਆ, ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਿੰਨੇ ਵੀ ਰੋਡ ਦੇ ਉੱਪਰ ਆਊਟਲੈਟ ਬਣੇ ਨੇ ਉਹ ਸਾਰੇ ਇੰਟਰਨੈਸ਼ਨਲ ਬ੍ਰਾਂਡ ਦੇ ਬਣੇ ਹੋਏ ਨੇ, ਵੱਡੇ ਵੱਡੇ ਬ੍ਰਾਂਡ ਜਿਹੜੇ ਕੋਈ ਵੈੱਜ ਜਾਂ ਨੌਨ ਵੈੱਜ ਬਰਗਰ ਵਗੈਰਾ ਦੇ, ਪਰ ਬਾਈ ਨੇ ਆਪਣੇ ਨਾਮ 'ਤੇ ਇਹਦਾ ਨਾਮ ਰੱਖਿਆ ਹੈਗਾ। ਅਤੇ ਇੱਕ ਪਿੰਡ ਦੇ ਵਿੱਚ ਪੈਟਰੋਲ ਪੰਪ ਦੇ ਨਾਲ ਹੋਟਲ ਦਾ ਰੂਪ ਦਿੱਤਾ ਹੈਗਾ। ਅਤੇ ਅੱਗੇ ਸਾਰੀ ਗੱਲਬਾਤ ਕਰਾਂਗੇ ਬਾਈ ਨੂੰ ਇਹਦਾ ਆਈਡੀਆ ਕਿੱਥੋਂ ਆਇਆ, ਅਤੇ ਜਿਹੜੇ ਮੇਰੇ ਨਾਲ ਮਿੱਤਰ ਜੁੜੇ ਆ ਪੈਟਰੋਲ ਪੰਪ ਵਾਲੇ ਵੀ ਉਹ ਵੀ ਇਹ ਚੀਜ਼ ਨੂੰ ਆਪਣੇ 'ਤੇ ਕਰ ਸਕਦੇ ਨੇ, ਅਤੇ ਬਾਈ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਆਪਣਾ ਨਾਮ ਅਤੇ ਆਪਣਾ ਪੈਟਰੋਲ ਪੰਪ ਦੀ ਲੋਕੇਸ਼ਨ ਦੱਸ ਦਈਏ ਆਪਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਦੀਪ ਸਿੰਘ ਹੈ ਜੀ। ਆਪਣਾ ਪੰਪ ਹੈਗਾ ਜੀ ਮੁਕੇਰੀਆਂ ਪਠਾਨਕੋਟ ਰੋਡ 'ਤੇ ਭੰਗਾਲਾ, ਭੰਗਾਲੇ ਉੱਪਰ ਅਸੀਂ ਇਹ ਰੈਸਟੋਰੈਂਟ ਖੋਲ੍ਹਿਆ ਰਾਜ ਦਰਬਾਰ ਜੀ। ਬਾਈ ਜੇ ਗੱਲ ਕਰੀਏ ਨਾ ਪੈਟਰੋਲ ਪੰਪ 'ਤੇ ਜਦੋਂ ਜਾਂਦੇ ਹਾਂ ਉਹਦੇ ਨਾਲ ਇੱਕ ਜਿਹੜੇ ਐਕਸਟਰਾ ਫੀਚਰ ਹੁੰਦੇ ਨੇ ਜਿਵੇਂ ਫਰੀ ਏਅਰ ਹੋ ਗਈ ਜਾਂ ਇੱਕ ਦੋ ਚਲੋ ਗੱਡੀ ਗੁੱਡੀ ਧੋਣ ਵਾਲਾ ਤਾਂ ਮਿਲ ਜਾਂਦਾ, ਪਰ ਇਹ ਹੋਟਲ ਵਾਲਾ ਕਨਸੈਪਟ ਕਿੱਥੋਂ ਆਇਆ ਵੀ ਆਪਾਂ ਰੂਮ ਵੀ ਬਣਾਏ ਨੇ ਰੈਸਟੋਰੈਂਟ ਵੀ ਬਣਾਇਆ ਹੈਗਾ? ਹੋਟਲ ਵਾਲਾ ਕਨਸੈਪਟ ਇੱਦਾਂ ਹੈ ਜੀ ਜੀ, ਬਹੁਤ ਲੋਕ ਵੀਰ ਆਪਣੇ ਕਈ ਆਉਂਦੇ ਨੇ ਜੰਮੂ ਤੋਂ ਕਸ਼ਮੀਰ ਤੋਂ, ਕੋਈ ਦਿੱਲੀ ਜਾ ਰਿਹਾ, ਕੋਈ ਏਅਰਪੋਰਟ ਜਾ ਰਿਹਾ, ਅਤੇ ਉਹ ਜਦੋਂ ਇੱਥੇ ਆਉਂਦੇ ਨੇ ਇਹ ਸੈਂਟਰ ਜਿਹਾ ਏਰੀਆ, ਕਿਸੇ ਵੇਲੇ ਧੁੰਦ ਪੈ ਜਾਂਦੀ ਹੈ, ਸਾਡੇ ਅਕਸਰ ਹੀ ਅੱਜ ਕੱਲ੍ਹ ਜਾਮ ਲੱਗਦੇ ਆ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਰਸਤਿਆਂ ਦੇ ਵਿੱਚ ਹੀ ਰਹਿਣ ਵਾਸਤੇ। ਠੀਕ ਹੈ, ਅਤੇ ਉਹਨਾਂ ਵਾਸਤੇ ਇਹੀ ਮੇਨ, ਮਤਲਬ ਰੋਜ਼ ਹੀ ਕੋਈ ਨਾ ਕੋਈ ਆ ਕੇ ਪੁੱਛਦਾ ਵੀ ਰਹਿਣ ਲਈ ਕੋਈ ਜਗ੍ਹਾ ਦੱਸ ਦਿਉ, ਅਤੇ ਅਸੀਂ ਉਸੇ ਕਰਕੇ ਉਸ ਚੀਜ਼ ਨੂੰ ਧਿਆਨ 'ਚ ਰੱਖਿਆ, ਅਤੇ ਨਾਲ ਰੈਸਟੋਰੈਂਟ ਦਾ ਪ੍ਰੋਗਰਾਮ ਅਸੀਂ ਨਾਲ ਬਣਾਇਆ ਵੀ ਖਾਣ ਦਾ ਵੀ ਅਰੇਂਜਮੈਂਟ ਹੋਣਾ ਚਾਹੀਦਾ ਫਿਰ। ਠੀਕ ਹੈ ਜੀ, ਹਾਂਜੀ। ਅਤੇ ਇੱਕ ਵਾਰੀ ਇੱਥੇ ਤੁਸੀਂ ਵਧਾਈ ਦੇ ਪਾਤਰ ਹੋ, ਪਹਿਲੀ ਗੱਲ ਤਾਂ ਜੇ ਦਰਸ਼ਕਾਂ ਨੂੰ ਦੱਸ ਦਈਏ ਵੀ ਆਪਣਾ ਜਿਹੜਾ ਨਾਮ ਰੱਖਿਆ ਤੁਸੀਂ ਜੀ ਆਇਆਂ ਨੂੰ ਰਾਜ ਦਰਬਾਰ, ਪੰਜਾਬੀ ਦੇ ਵਿੱਚ ਲਾਇਆ ਹੋਇਆ ਬੋਰਡ ਮੇਨ, ਜਿਹੜੇ ਬਹੁਤ ਸਾਰੇ ਆਪਣੇ ਬੁੱਧੀਜੀਵੀ ਵੀ ਨੇ ਸਮਾਜ ਸੇਵੀ ਵੀ ਨੇ ਕਹਿੰਦੇ ਨੇ ਪੰਜਾਬੀ ਨੂੰ ਪ੍ਰਫੁੱਲਿਤ ਕਰੀਏ, ਇਹਦੇ ਲਈ ਵੀ ਤੁਸੀਂ ਇੱਕ ਵਧਾਈ ਦੇ ਪਾਤਰ ਹੋ ਵੀ ਤੁਸੀਂ ਆਪਣੀ ਪੰਜਾਬੀ ਨੂੰ ਮੂਹਰੇ ਰੱਖਿਆ, ਜਦੋਂ ਐਂਟਰ ਹੁੰਦੇ ਆ ਬੰਦਾ ਪੰਜਾਬੀ ਪੜ੍ਹ ਕੇ ਐਂਟਰ ਹੋਊਗਾ। ਦੂਜੀ ਗੱਲ ਕੀ ਹੈ ਨਾ ਬਾਈ, ਪੈਟਰੋਲ ਪੰਪ ਦੇ ਨਾਲ ਸ਼ਾਇਦ ਕਿਤੇ ਨਾ ਕਿਤੇ ਪੰਜਾਬ 'ਚ ਹੋਰ ਵੀ ਰੈਸਟੋਰੈਂਟ ਵਗੈਰਾ ਹੋਣਗੇ, ਪਰ ਉਹ ਸਾਰੇ ਇੰਟਰਨੈਸ਼ਨਲ ਬ੍ਰਾਂਡ ਨੇ, ਤੁਸੀਂ ਆਪਣਾ ਬ੍ਰਾਂਡ ਹੀ ਰੱਖਿਆ, ਇਹਦੇ ਪਿੱਛੇ ਵੀ ਕੀ ਕਾਰਨ ਹੈਗਾ? ਇਹਦੇ ਪਿੱਛੇ ਮੇਨ ਕਾਰਨ ਇਹੀ ਹੈ ਜੀ, ਬਹੁਤ ਲੋਕ ਮਤਲਬ ਦੁਨੀਆ ਤੁਸੀਂ ਕਿਤੇ ਵੀ ਜਾਓ ਫੋਰਨ ਉਹ ਪੈਸਾ ਕਿੱਥੇ ਜਾਣਾ ਵਾ, ਆ ਜਾ ਕੇ ਉਹ ਫੋਰਨ ਚਲਾ ਜਾਣਾ। ਬਿਲਕੁਲ, ਮਤਲਬ ਕਿਤੇ ਵੀ ਤੁਸੀਂ ਜਾਓ ਇੰਟਰਨੈਸ਼ਨਲ ਬ੍ਰਾਂਡ ਕੋਲ ਉਹਦੀ ਕਮਾਈ ਹੈ, ਜੋ ਵੀ ਉਹਨਾਂ ਨੇ ਕਮਾਈ ਕਰਕੇ ਆਪਣੇ ਦੇਸ਼ਾਂ 'ਚ ਲੈ ਜਾਣੀ ਹੈ, ਉਹ ਇੱਥੇ ਕੁਛ ਨਹੀਂ ਰਹਿ ਜਾਣਾ। ਠੀਕ ਹੈ ਜੀ, ਅਸੀਂ ਸਾਡਾ ਇਹ ਸੀਗਾ ਕਿ ਜੋ ਵੀ ਸੋਚ ਹੈ ਆਪਣੀ ਸੋਚ ਹੈ, ਆਪਣਾ ਦੇਸੀ ਖਾਣਾ ਵੀ ਹੈ, ਮਿਲੇਗਾ ਵਿਦੇਸ਼ੀ ਵੀ, ਬਰਗਰ ਵੀ ਮਿਲੇਗਾ, ਪੀਜ਼ਾ ਵੀ ਮਿਲੇਗਾ,
ਪਰ ਨਾਲ ਦਾਲ ਰੋਟੀ ਉਹ ਵੀ ਮਿਲੇਗਾ ਸਭ ਕੁਛ ਠੀਕ ਸਾਰਾ ਕੁਛ ਅਸੀਂ ਵਿੱਚ ਲੈ ਕੇ ਆਏ ਹਾਂ ਇਸ ਕਰਕੇ ਰੁਜ਼ਗਾਰ ਵੀ ਆਪਣੇ ਲੋਕਲ ਪਿੰਡ ਵਾਲੇ ਮੁੰਡਿਆਂ ਨੂੰ ਮਿਲੇਗਾ ਬਿਲਕੁਲ ਰੋਜ਼ਗਾਰ ਵੀ ਲੋਕਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਸਾਰੇ ਜਿੰਨਾ ਵੀ ਹੋ ਸਕਦਾ ਆਪਾਂ ਲੋਕਲ ਹੀ ਬੰਦੇ ਰੱਖਾਂਗੇ ਅਤੇ ਬਈ ਅੱਗੇ ਆਪਾਂ ਸਾਰਾ ਦਿਖਾਵਾਂਗੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਨਾ ਜਿਹੜਾ ਬਾਹਰੋਂ ਤੁਸੀਂ ਲੁੱਕ ਦਿੱਤੀ ਆ ਮਤਲਬ ਵੀ ਪੈਟਰੋਲ ਪੰਪ ਦੀ ਤਾਂ ਫੀਲਿੰਗ ਹੀ ਖਤਮ ਕਰਤੀ ਤੁਸੀਂ ਮੈਨੂੰ ਲੱਗਦਾ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਬਈ ਇਹ ਡਿਜ਼ਾਇਨ ਦਾ ਫਿਰ ਕਿੱਥੋਂ ਆਈਡੀਆ ਜੇ ਮੈਂ ਨਾ ਪੁਰਾਤਨ ਹਵੇਲੀਆਂ ਦਿਖਾਉਣਾ ਤੁਸੀਂ ਉਹਦੇ ਵਾਂਗੂ ਬ੍ਰਿਕ ਫੇਸ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਆ ਇਹ ਬਈ ਇਹ ਬਸ ਤੁਹਾਡੇ ਵਾਲੀ ਦੇਖ ਕੇ ਜ਼ਿਆਦਾ ਖਿਆਲ ਆਇਆ ਤੁਹਾਡੀਆਂ ਜਿਹੜੀਆਂ ਬਿਲਡਿੰਗਸ ਦੇਖੀਆਂ ਐਕਚੁਲੀ ਮੈਂ ਜਿੱਥੇ ਵੀ ਸਕੂਲ 'ਚ ਪੜ੍ਹਿਆ ਵਾਂ ਕਪੂਰਥਲੇ ਪੜ੍ਹਿਆ ਸੈਨਿਕ ਸਕੂਲ ਉਹ ਵੀ ਪੁਰਾਣੇ ਰਾਜੇ ਮਹਾਰਾਜਿਆਂ ਵਾਲਾ ਸਕੂਲ ਸੀਗਾ ਔਰ ਬਾਅਦ 'ਚ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹੇ ਹਾਂ ਅਤੇ ਉੱਥੇ ਵੀ ਬਿਲਕੁਲ ਇਹੀ ਪੁਰਾਤਨ ਲੁੱਕ ਹੈਗੀ ਆ ਹਰ ਜਗ੍ਹਾ 'ਤੇ ਬਸ ਉਹੀ ਚੀਜ਼ ਆਪਾਂ ਨੂੰ ਇੱਥੇ ਉਹ ਫੀਲਿੰਗ ਲੈ ਕੇ ਦਿਲ 'ਚ ਜਿਹੜੀ ਹੈਗੀ ਸੀ ਉਹ ਇੱਥੇ ਪੂਰੀ ਕੀਤੀ ਬਿਲਕੁਲ ਇੱਥੇ ਪੂਰੀ ਕੀਤੀ ਹੈ ਠੀਕ ਹੈ ਬਾਈ ਜੀ ਅਤੇ ਆ ਜਾਓ ਬਾਈ ਗੱਲਬਾਤ ਕਰਦੇ ਹਾਂ ਅਤੇ ਪਹਿਲਾਂ ਆਪਾਂ ਗੱਲ ਕਰੀਏ ਬਾਈ ਗਰਾਊਂਡ ਲੈਵਲ 'ਤੇ ਠੀਕ ਹੈ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਗਰਾਊਂਡ ਲੈਵਲ 'ਤੇ ਕੀ ਆਪਾਂ ਨੂੰ ਜਿਹੜੀ ਸਰਵਿਸ ਮਿਲੂਗੀ ਜਿਹੜੇ ਮਿੱਤਰ ਆਪਣੇ ਚਲੋ ਸਾਰਿਆਂ ਨੂੰ ਦੱਸ ਹੀ ਦਈਏ ਵੀ ਜਦੋਂ ਵੀ ਜੰਮੂ ਤੋਂ ਆਉਣੇ ਹੋ ਪਠਾਨਕੋਟ ਟੱਪ ਕੇ ਮਕੇਰੀਆਂ ਤੋਂ ਪਹਿਲਾਂ ਆ ਜਾਂਦਾ ਹੈ ਨਾ ਬਾਈ ਆਪਣੀ ਲੋਕੇਸ਼ਨ ਜੀ ਅਤੇ ਪਿੰਡ ਦੇ ਵਿੱਚ ਖੋਲ੍ਹਿਆ ਇੱਕ ਬਹੁਤ ਵੱਡੀ ਗੱਲ ਹੈ ਬਈ ਆਊਟਡੋਰ ਲੋਕੇਸ਼ਨ ਵੀ ਤੁਸੀਂ ਪੂਰੀ ਵਧੀਆ ਬਣਾਈ ਆ ਵੀ ਬੰਦਾ ਚਲੋ ਗੱਡੀ ਤੇਲ ਤੂਲ ਪਾਉਂਦਾ ਹੁੰਦਾ ਵੀ ਚਲ ਇੱਕ ਕੌਫੀ ਲੈ ਲਈ ਚਾਹ ਲੈ ਲਈ ਹੈ ਨਾ ਅਤੇ ਉਹਦੇ ਲਈ ਵੀ ਪੂਰਾ ਫੀਲਿੰਗ ਵਾਲੀ ਲੋਕੇਸ਼ਨ ਬਣਾਈ ਹੈ ਬਾਰ ਬਾਰ ਬਿਲਕੁਲ ਜੀ ਬਿਲਕੁਲ ਫੀਲਿੰਗ ਲੈ ਮਤਲਬ ਚਾਹ ਪੀਓ ਕੌਫੀ ਪੀਓ ਅਤੇ ਤੁਹਾਡੀ ਥਕਾਵਟ ਲੱਥ ਜਾਏਗੀ ਜੀ ਠੀਕ ਹੈ ਬਿਲਕੁਲ ਪਾਣੀ ਦੀ ਝਰਨੇ ਵਾਲੀ ਆਵਾਜ਼ ਹੈ ਔਰ ਤੁਸੀਂ ਪੂਰੀ ਆਨੰਦ ਲੈ ਸਕਦੇ ਹੋ ਉੱਥੇ ਚਾਹ ਕੌਫੀ ਦਾ ਖਾਣ ਦਾ ਬਾਹਰ ਬੈਠ ਕੇ ਬੜੇ ਬੱਚੇ ਵੀ ਇੰਜੋਏ ਕਰਦੇ ਆ ਸੈਲਫੀ ਪੁਆਇੰਟ ਹੈ ਬਹੁਤ ਵਧੀਆ ਕਿ ਮੈਂ ਦੇਖ ਰਿਹਾ ਸਾਡੇ ਏਰੀਏ ਨਾਲੋਂ ਮਾਨਸਾ ਨਾਲੋਂ ਇੱਥੇ ਠੰਡ ਵੀ ਜ਼ਿਆਦਾ ਹੈਗੀ ਬਿਲਕੁਲ ਬਿਲਕੁਲ ਮੈਨੂੰ ਲੱਗ ਰਹੀ ਅੱਜ ਅਤੇ ਇੱਕ ਚੀਜ਼ ਬਾਈ ਇੱਥੇ ਮੈਂ ਦੇਖ ਰਿਹਾ ਆਪਾਂ ਅੰਦਰ ਦਿਖਾਵਾਂਗੇ ਪਹਿਲਾਂ ਕੀ ਸਰਵਿਸ ਮਿਲਦੀ ਆ ਇੱਕ ਚੀਜ਼ ਕੀ ਹੁੰਦਾ ਨਾ ਕਈ ਵਾਰ ਹੁੰਦਾ ਯਾਰ ਵੀ ਮੇਨ ਰੋਡ 'ਤੇ ਕਰ ਲਿਆ ਬਾਈ ਨੇ ਵੀ ਦਾਰੂ ਵਾਲੇ ਹੋਣਗੇ ਜਾਂ ਸਮੋਕਿੰਗ ਹੈ ਇਹਦਾ ਵੀ ਤੁਸੀਂ ਪੂਰਾ ਖਿਆਲ ਰੱਖਿਆ ਬਿਲਕੁਲ ਜੀ ਸਮੋਕਿੰਗ ਦਾ ਖੈਰ ਪੰਪ ਕਰਕੇ ਵੀ ਅਸੀਂ ਬਿਲਕੁਲ ਬੰਦ ਰੱਖੀ ਹੈ ਔਰ ਵੈਸੇ ਵੀ ਬਹੁਤਾ ਇਹਨੂੰ ਪ੍ਰਮੋਟ ਨਹੀਂ ਕਰੀਦਾ ਔਰ ਅਲਕੋਹਲ ਅਸੀਂ ਕਿਉਂਕਿ ਫੈਮਿਲੀ ਟਾਈਪ ਰੈਸਟੋਰੈਂਟ ਹੈ ਕੋਈ ਇਹ ਨਹੀਂ ਹੈ ਕਿ ਕੋਈ ਸ਼ਰਾਬੀ ਆ ਕੇ ਇੱਥੇ ਬੈਠ ਜਾਏ ਜਾਂ ਸ਼ਰਾਬ ਵਾਲੇ ਠੀਕ ਹੈ ਬਾਈ ਅੰਦਰ ਬੈਠਣ ਉਹ ਵਧੀਆ ਵੀ ਨਹੀਂ ਲੱਗਦਾ ਅਤੇ ਜੀ ਵੈਸੇ ਵੀ ਅਸੀਂ ਉਹਨੂੰ ਪ੍ਰਮੋਟ ਨਹੀਂ ਕਰੀਦਾ ਠੀਕ ਹੈ ਹਾਂਜੀ ਅਤੇ ਹੁਣ ਬਾਈ ਗੱਲ ਕਰੀਏ ਆਪਾਂ ਮੇਨ ਗਰਾਊਂਡ ਫਲੋਰ 'ਤੇ ਜਿਹੜਾ ਹਾਲ ਉਹਦੇ ਵਿੱਚ ਆ ਗਿਆ ਅਤੇ ਇਹ ਰੈਸਟੋਰੈਂਟ ਦੇ ਵਿੱਚ ਆਪਾਂ ਨੂੰ ਕੀ ਸਰਵਿਸ ਮਿਲਣੀ ਹੈ ਜਿਹੜੇ ਆਪਣੇ ਵੀਰ ਕੋਈ ਵੀ ਆਉਂਦਾ ਇੱਥੇ ਜੀ ਹਰ ਤਰ੍ਹਾਂ ਦਾ ਤੁਹਾਨੂੰ ਖਾਣਾ ਬਿਲਕੁਲ ਫਰੈਸ਼ ਜਿਹੜਾ ਸਾਡਾ ਮੋਟੋ ਹੈ ਉਹ ਹੈਗਾ ਜੀ ਆਲਵੇਜ਼ ਫਰੈਸ਼ ਜੀ ਮਤਲਬ ਆਪਾਂ ਬਿਲਕੁਲ ਫਰੈਸ਼ ਖਾਣਾ ਦੇਵਾਂਗੇ ਜੇ ਸਾਡੇ ਕੋਲ ਫਰੈਸ਼ ਨਹੀਂ ਹੈ ਤਾਂ ਅਸੀਂ ਨਹੀਂ ਦੇਵਾਂਗੇ ਕੀ ਬਾਤ ਹੈ ਬਿਲਕੁਲ ਉਹ ਭਾਵੇਂ ਉਹ ਕੋਈ ਵੀ ਚੀਜ਼ ਹੋਏ ਤਾਜ਼ੀ ਹੋਏਗੀ ਤਾਜ਼ੀ ਮਿਲੇਗੀ ਹਮੇਸ਼ਾ ਤੁਹਾਨੂੰ ਠੀਕ ਹੈ ਦੂਜਾ ਵਧੀਆ ਵਾਸ਼ਰੂਮਸ ਬਣਾਏ ਹੋਏ ਆ ਬਿਲਕੁਲ ਪਬਲਿਕ ਦੇ ਪ੍ਰੋਪਰ ਯੂਜ਼ ਵਾਸਤੇ ਲੇਡੀਜ਼ ਜੈਂਟਸ ਬਿਲਕੁਲ ਵਧੀਆ ਬਾਥਰੂਮ ਹੈ ਔਰ ਆਪਾਂ ਗਰੋਸਰੀ ਵੀ ਦੇ ਰਹੇ ਹਾਂ ਜੀ ਗਰੋਸਰੀ ਦੇ ਨਾਲ ਵਿੱਚ ਜਿੰਨੇ ਵੀ ਤੁਹਾਨੂੰ ਰੋਡ ਦੇ ਉੱਪਰ ਲੋੜ ਪੈ ਸਕਦੀ ਹੈ ਬੱਚਿਆਂ ਨੇ ਕੁਛ ਖਾਣਾ ਵਾ ਪੀਣਾ ਵਾ ਕੋਈ ਵੀ ਚੀਜ਼ ਲੋੜ ਦੀ ਤੁਹਾਡੀ ਉਹ ਤੁਹਾਨੂੰ ਹਰ ਚੀਜ਼ ਇੱਥੇ ਮਿਲੇਗੀ ਜਾਂ ਕਹਿੰਦੇ ਹੁੰਦੇ ਨਾ ਮਿੱਤਰ ਗੱਡੀਆਂ ਦੇ ਥਾਰ ਲੈ ਕੇ ਜਾਂਦੇ ਨੇ ਵੀ ਇਹ ਰਾਹ 'ਚ ਬਣਾਵਾਂਗੇ ਮੈਗੀ ਛੇਗੀਆਂ ਸਾਰਾ ਕੁਛ ਇੱਥੋਂ ਸਾਰਾ ਕੁਛ ਵੀ ਇਹ ਨਹੀਂ ਹੈਗਾ ਵੀ ਸ਼ਹਿਰ 'ਚ ਗੱਡੀ ਵਾੜ ਲਓ ਜਾਂ ਸ਼ਹਿਰ 'ਚ ਕਿਤੇ ਭੀੜ ਵਾਲੇ ਥਾਂ 'ਤੇ ਰੁਕਣਾ ਪਊਗਾ ਨਹੀਂ ਨਹੀਂ ਪੰਪ ਦੇ ਨਾਲ ਦੀ ਨਾਲ ਇੱਕ ਜਣਾ ਤੇਲ ਪਾਉਂਦਾ ਇੱਕ ਜਣਾ ਸਮਾਨ ਲੈ ਜਾਊਗਾ ਹਾਂਜੀ ਮਤਲਬ ਬਾਹਰਲਾ ਕਨਸੈਪਟ ਇੱਕ ਤਰ੍ਹਾਂ ਦਾ ਪੂਰਾ ਇੰਪਲੀਮੈਂਟ ਹੋ ਗਿਆ ਅਤੇ ਪਰ ਕੀਤਾ ਆਪਾਂ ਪਿੰਡ ਦੇ ਵਿੱਚ ਹਾਂ ਉਹ ਇੱਕ ਬਹੁਤ ਖਾਸ ਗੱਲ ਹੋ ਜਾਂਦੀ ਹੈਗੀ ਅਤੇ ਬਾਈ ਜਿਵੇਂ ਮੈਂ ਦੇਖ ਰਿਹਾ ਇੱਥੋਂ ਬਾਈ ਹੋਰੀ ਕਿਸੇ ਨੂੰ ਦੇ ਵੀ ਰਹੀ ਸੀ ਲਿਫਾਫੇ ਦੇ ਵਿੱਚ ਅਤੇ ਇੱਥੇ ਨੇੜੇ ਤੇੜੇ ਜਿਹੜਾ ਪਿੰਡ ਦੇ ਡਿਲੀਵਰੀ ਵੀ ਆਪਾਂ ਕਰਦੇ ਹਾਂ ਬਿਲਕੁਲ ਜੀ ਹੋਮ ਡਿਲੀਵਰੀ ਕਰੀ ਦੀ ਹੈ ਜੀ ਹਾਂਜੀ ਬਿਲਕੁਲ ਜਿੰਨਾ ਵੀ 5 ਕਿਲੋਮੀਟਰ ਦਾ ਏਰੀਆ ਹੈਗਾ ਆਲਮੋਸਟ ਉੱਥੇ ਹੀ ਹੋਮ ਡਿਲੀਵਰੀ ਕਰੀ ਦੀ ਜਿਹੜੀ ਕੰਫਰਟੇਬਲੀ ਕਰ ਸਕਦੇ ਹਾਂ ਅਸੀਂ ਠੀਕ ਹੈ ਜੀ ਹਾਂਜੀ ਹਰ ਤਰ੍ਹਾਂ ਦੀ ਹੋਮ ਡਿਲੀਵਰੀ ਬਈ ਅੱਗੇ ਆਪਣਾ ਰੂਮ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਇੱਕ ਨਾ ਸਵਾਲ ਹੈਗਾ ਮੇਰਾ
ਵੀ ਰਿਸਪੋਂਸ ਕਿਵੇਂ ਮਿਲੇ ਏਰੀਏ ਦਾ। ਇੱਕ ਉਹਨਾਂ ਨੇ ਚੀਜ਼ ਆਪਾਂ ਦਿਖਾ ਤੀ, ਸੋਹਣੀ ਲੱਗਦੀ ਇੰਟੀਰੀਅਰ ਡਿਜ਼ਾਇਨ, ਬਹੁਤ ਸੋਹਣਾ ਕੀਤਾ ਤੁਸੀਂ, ਬਾਹਰੋਂ ਵੀ ਬਹੁਤ ਵਧੀਆ ਵੱਖਰੀ ਲੁੱਕ ਦਿੱਤੀ ਆ। ਪਰ ਜਿਵੇਂ ਕੋਈ ਆਉਣ ਜਾਣ ਵਾਲੇ ਮਿੱਤਰਾਂ ਵੱਲੋਂ ਜਾਂ ਨੇੜੇ ਵਾਲੇ ਏਰੀਏ ਵੱਲੋਂ ਰਿਸਪੋਂਸ ਕਿਵੇਂ ਮਿਲਿਆ ਲੋਕਾਂ ਦਾ? ਰਿਸਪੋਂਸ ਹੀ ਲੋਕਾਂ ਨੇ ਬੜਾ ਪਸੰਦ ਕੀਤਾ। ਜਿਹੜਾ ਵੀ ਮੇਰੇ ਜਿਹੜੇ ਮੇਰੇ ਫਰੈਂਡ ਸਰਕਲ 'ਚੋਂ ਆਏ ਆ ਜਾਂ ਜਿਹੜੇ ਬਾਹਰਲੇ ਵੀ ਆਏ ਆ, ਉਹ ਬਹੁਤ ਖੁਸ਼ ਹੁੰਦੇ ਆ ਦੇਖ ਕੇ ਵੀ ਇਹੋ ਜਿਹੀ ਚੀਜ਼ ਇੱਕ ਪੇਂਡੂ ਏਰੀਏ ਦੇ ਵਿੱਚ ਮਤਲਬ ਕਿਸੇ ਨੇ ਪੇਸ਼ ਕਰਤੀ ਹੈ। ਅਤੇ ਸਾਡੇ ਵੱਲੋਂ ਇਹ ਹੈ ਕਿ ਆਪਾਂ ਬੈਸਟ ਕੀਤਾ ਔਰ ਪਬਲਿਕ ਦੇਖਦੀ ਹੈ ਔਰ ਐਪਰੀਸ਼ੀਏਟ ਵੀ ਕਰਦੀ ਹੈ ਔਰ ਅੱਗੇ ਵੀ ਐਪਰੀਸ਼ੀਏਟ ਕਰਦੀ ਰਹੇਗੀ। ਬਿਲਕੁਲ ਹਾਂ, ਹਰ ਚੀਜ਼ ਲਈ ਲੋਕ ਮਤਲਬ ਇਨਕੁਆਇਰੀਜ਼ ਆਉਂਦੀਆਂ ਨੇ, ਕਿਸੇ ਨੇ ਬਰਥਡੇ ਪਾਰਟੀ ਕਰਨੀ ਹੈ ਜਾਂ ਕਿਸੇ ਨੇ ਆਪਣੀ ਕੋਈ ਛੋਟੀ ਮੋਟੀ ਰਿੰਗ ਸੈਰਮਨੀ ਕਰਨੀ ਹੈ, ਉਹ ਜਿਹੇ ਛੋਟੇ ਫੰਕਸ਼ਨ ਇੱਥੇ ਬੜੇ ਈਜ਼ੀਲੀ ਆਪਾਂ ਕਰ ਸਕਦੇ ਹਾਂ। ਠੀਕ ਆ, ਹਾਂਜੀ। ਅਤੇ ਬਾਈ ਜੀ ਚੱਲੀਏ ਫਿਰ ਆਪਾਂ ਫਸਟ ਫਲੋਰ 'ਤੇ, ਬਿਲਕੁਲ, ਅਤੇ ਰੂਮ ਦਿਖਾਈਏ। ਅਤੇ ਲਓ ਵੀ ਮਿੱਤਰੋ, ਕਦੇ ਵੀ ਇੱਧਰਲੇ ਪਾਸੇ ਆਏ ਨਾ, ਬਾਈ ਦੇ ਪੈਟਰੋਲ ਪੰਪ 'ਤੇ ਬ੍ਰੇਕਾਂ ਜ਼ਰੂਰ ਮਾਰਿਓ, ਨਾਲੇ ਤਾਂ ਤੇਲ ਪਵਾ ਲਿਓ, ਨਾਲੇ ਆਪਣਾ ਤੇਲ ਪਾ ਲਿਓ, ਕੁਝ ਖਾਣਾ ਪੀਣਾ ਫਰੈਸ਼ ਬਾਈ ਹੋਰਾਂ ਦਾ ਕਹਿੰਦਾ ਮੋਟੋ ਆ ਕੇ ਫਰੈਸ਼ ਚੀਜ਼ ਮਿਲੂਗੀ। ਸਭ ਤੋਂ ਵੱਡੀ ਗੱਲ ਕੀ ਆ ਵੀ ਪਿੰਡ ਦੇ ਵਿੱਚ ਸ਼ੁਰੂ ਕੀਤਾ ਗਾ ਅਤੇ ਪੰਜਾਬੀਅਤ ਨੂੰ ਬਾਈ ਹੋਰਾਂ ਨੇ ਹੁਲਾਰਾ ਦਿੱਤਾ ਗਾ, ਅਤੇ ਬਾਈ ਹੋਰਾਂ ਦੀ ਬਾਂਹ ਜ਼ਰੂਰ ਫੜੀਏ, ਸਪੋਰਟ ਜ਼ਰੂਰ ਕਰੀਏ। ਅਤੇ ਬਾਈ ਰੂਮ ਕਿੰਨੇ ਬਣਾਏ ਤਾਂ ਉਹ ਦਿਖਾ ਦਈਏ ਆਪਾਂ ਉੱਪਰ, ਹੈ ਨਾ ਬਾਈ? ਬਾਈ ਜੀ ਫਸਟ ਫਲੋਰ 'ਤੇ ਆ ਗਏ ਅਤੇ ਇੱਥੇ ਤੁਸੀਂ ਹੋਟਲ ਦਾ ਜਿਹੜਾ ਕਨਸੈਪਟ ਰੱਖਿਆ ਵੀ ਵਧੀਆ, ਅਤੇ ਕਿੰਨੇ ਰੂਮ ਨੇ ਬਾਈ ਇੱਥੇ ਟੋਟਲ? ਆਪਣੇ ਕੋਲ ਜੀ 6 ਰੂਮ ਹੈਗੇ ਆ। ਠੀਕ ਹੈ ਜੀ, ਹਾਂਜੀ ਜੀ, ਅਤੇ ਠੀਕ ਰਿਸਪੋਂਸ ਮਿਲ ਰਿਹਾ, ਵਧੀਆ ਰਿਸਪੋਂਸ ਮਿਲ ਰਿਹਾ ਜੀ, ਔਰ ਖੁੱਲ੍ਹੇ ਡੁੱਲੇ ਰੂਮ ਹੈ। ਔਰ ਮੇਨ ਜੀ ਇੱਥੇ ਹੈਗਾ ਜੀ ਸਿਕਿਉਰਿਟੀ ਦਾ, ਠੀਕ ਹੈ, ਕਿ 24 ਘੰਟੇ ਇੱਥੇ ਬੰਦੇ ਅਵੇਲੇਬਲ ਨੇ, 24 ਘੰਟੇ ਲਾਈਟ ਹੈ, ਠੀਕ ਹੈ, ਕਿਸੇ ਕਿਸਮ ਦਾ ਕਿਸੇ ਨੂੰ ਕੋਈ ਡਰ ਨਹੀਂ ਹੈ। ਵਿਦ ਫੈਮਿਲੀ ਆ ਰਿਹਾ ਜਦੋਂ ਬੰਦਾ, ਉਹਨੂੰ ਇਹ ਨਹੀਂ ਹੁੰਦਾ ਕਿ ਮੈਨੂੰ ਕੋਈ ਡਰ ਹੈ ਕਿਸੇ ਕਿਸਮ ਦਾ ਇੱਥੇ। ਹਾਂ, ਸਭ ਤੋਂ ਵੱਡੀ ਗੱਲ ਵੀ ਇਹ ਵੀ ਹੁੰਦੀ ਹੈ ਨਾ, ਜਦੋਂ ਬੰਦਾ ਜਿਵੇਂ ਹੁਣ ਮੰਨ ਲਓ ਅਸੀਂ ਆ ਰਹੇ ਹਾਂ ਸ਼੍ਰੀਨਗਰ ਤੋਂ ਥੱਕੇ ਹਾਂ, ਅਤੇ ਬੰਦਾ ਕਹਿੰਦਾ ਯਾਰ ਆਪਾਂ 3 ਕੁ ਘੰਟੇ ਰੈਸਟ ਕਰਨੀ ਆ, 3 ਘੰਟੇ ਬੰਦੇ ਨੇ 4 ਘੰਟੇ ਰੂਮ ਲਿੱਤਾ, ਇੱਥੋਂ 24 ਘੰਟੇ ਪੰਪ ਉੱਪਣੇ, ਜਦੋਂ ਮਰਜ਼ੀ ਆਓ ਅਤੇ ਜਦੋਂ ਮਰਜ਼ੀ ਜਾਓ। ਬਿਲਕੁਲ ਬਿਲਕੁਲ। ਅਤੇ ਇੱਕ ਵੀ ਗੱਲ ਕਰੀਏ ਰੇਟ ਦੀ, ਰੇਟ ਵੀ ਰੀਜਨੇਬਲ ਹੀ ਨੇ ਕਿਤੇ? ਬਿਲਕੁਲ ਰੀਜਨੇਬਲ ਰੇਟ ਜੀ, ਕੋਈ ਬਹੁਤ ਜ਼ਿਆਦਾ ਰੇਟ ਨਹੀਂ ਰੱਖੇ ਹੋਏ। ਠੀਕ ਹੈ ਜੀ, ਜਿੰਨੇ ਹਾਂਜੀ 1000-1500 ਬਸ, ਇਸ ਤੋਂ ਉੱਪਰ ਰੇਟ ਨਹੀਂ ਹੁੰਦੇ ਜੀ ਸਾਡੇ। ਠੀਕ ਹੈ ਜੀ, ਅਤੇ ਇਹ ਰੂਮ ਬੰਦ ਨੇ ਬਈ ਇਹ ਬੁੱਕਣੇ ਅੱਜ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ, ਇੱਧਰੋਂ ਜਿਵੇਂ 3 ਰੂਮ ਅੱਜ ਤੁਸੀਂ ਦੱਸਿਆ ਵੀ ਆਪਣੇ ਬੁੱਕ ਵੀ ਹੈਗੇ ਨੇ, ਅਤੇ ਰਿਸਪੋਂਸ ਇੱਥੇ ਹੀ ਪਤਾ ਲੱਗ ਜਾਂਦਾ ਵੀ ਨਵੇਂ ਨਵੇਂ ਕੰਮ 'ਤੇ ਆਪਾਂ ਨੂੰ ਵਧੀਆ ਰਿਸਪੋਂਸ ਮਿਲ ਰਿਹਾ ਹੈਗਾ। ਅਤੇ ਸਭ ਤੋਂ ਵੱਡੀ ਗੱਲ ਆ ਵੀ ਰੂਮ ਵੀ ਵਧੀਆ, ਹੈ ਨਾ ਬਈ, ਖੁੱਲ੍ਹੇ ਡੁੱਲੇ ਨੇ। ਬਿਲਕੁਲ ਜੀ, ਅਤੇ ਜਿਵੇਂ ਮਿੱਤਰਾਂ ਨੇ ਕਿਸੇ ਨੇ ਰੈਸਟ ਕਰਨੀ ਆ, ਅਤੇ ਇੱਧਰੋਂ ਲੁੱਕ ਵੀ ਹੈਗੀ ਆ, ਅਤੇ ਜਿੱਥੇ 24 ਘੰਟੇ ਚਾਨਣ ਮਿਲਣਾ ਆਪਾਂ ਨੂੰ, ਜਦੋਂ ਮਰਜ਼ੀ ਚਿੱਤ ਜਾ ਕਰਿਆ ਸੈਲਫ ਮਾਰ ਲਓ ਆਪਦਾ। ਬਿਲਕੁਲ ਬਿਲਕੁਲ। ਅਤੇ ਬਈ ਜੇ ਹੁਣ ਗੱਲ ਕਰੀਏ, ਹੋਰ ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਪੰਜਾਬੀ ਭਰਾ ਨੇ ਜਾਂ ਪੈਟਰੋਲ ਪੰਪ ਵਾਲੇ ਨੇ, ਜਿਵੇਂ ਤੁਸੀਂ ਜੋ ਸਪੇਸ ਹੈਗੀ ਸੀ ਬਈ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਯੂਜ਼ ਕੀਤਾ ਗਾ, ਹਾਂਜੀ, ਅਤੇ ਕੀ ਕਹਿਣਾ ਚਾਹੋਗੇ, ਕੋਈ ਸੰਦੇਸ਼ ਦੇਣਾ ਚਾਹੋ ਬਈ? ਸੰਦੇਸ਼ ਇਹੀ ਹੈ ਜੀ, ਅੱਜ ਕੱਲ੍ਹ ਹਰ ਕੰਮ ਦੇ ਵਿੱਚ ਡਾਇਵਰਸੀਫਿਕੇਸ਼ਨ ਬੜੀ ਜ਼ਰੂਰੀ ਹੈ ਜੀ। ਇਕੱਲਾ ਇੱਕ ਪੰਪ 'ਤੇ ਜਾਂ ਇੱਕ ਕੰਮ 'ਤੇ ਨਹੀਂ ਤੁਸੀਂ ਰਹਿ ਸਕਦੇ। ਬਿਲਕੁਲ। ਅਤੇ ਕੰਪਨੀਆਂ ਵੀ ਇਸ ਚੀਜ਼ ਨੂੰ ਹੁੰਗਾਰਾ ਦਿੰਦੀਆਂ ਨੇ, ਕੰਪਨੀਆਂ ਨੇ ਸਾਨੂੰ ਅਲਾਓ ਕੀਤਾ ਇਸ ਕੰਮ ਵਾਸਤੇ। ਹਾਂ, ਕਿਉਂਕਿ ਬਈ ਜੇ ਮੈਂ ਦੇਖਦਾ ਵੀ ਪੰਪ ਦੇ ਨੇੜੇ ਤੇੜੇ ਨਹੀਂ, ਮਤਲਬ ਵੀ ਆਪਾਂ ਕੋਈ ਵੀ ਫਾਇਰ ਵਾਲਾ ਕੰਮ ਨਹੀਂ ਕਰ ਸਕਦੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਹੀ, ਕੰਪਨੀਆਂ ਨੇ ਐਕਸਪਲੋਜ਼ਿਵ ਦੀ ਪਰਮਿਸ਼ਨ ਦੇ ਕੇ ਇਹ ਕੰਮ ਫੇਰ ਹੀ ਦਿੱਤੇ ਆ। ਮਤਲਬ ਅਸੀਂ ਵੈਸੇ ਉਸ ਏਰੀਏ ਤੋਂ ਬਾਹਰ ਹੈਗੇ ਹਾਂ, ਠੀਕ ਹੈ, ਪਰ ਮਤਲਬ ਪੰਪ ਦੇ ਨਾਲ ਜੁੜੇ ਜ਼ਰੂਰ ਹੋਏ ਆ। ਠੀਕ ਹੈ, ਆਪਣਾ ਬੈਕ ਸਾਈਡ ਤੇ ਦੂਰ ਆ ਗਏ। ਬਿਲਕੁਲ, ਇਹ ਸੈਪਰੇਟ ਹੈਗੀ ਇਹ ਚੀਜ਼। ਹਾਂਜੀ ਠੀਕ ਹੈ ਬਾਈ। ਤੇ ਹਰ ਇੱਕ ਬੰਦੇ ਨੂੰ ਮੇਰੇ ਹਿਸਾਬ ਨਾਲ ਪੰਪ ਵਾਲਿਆਂ ਨੂੰ ਖਾਸ ਤੌਰ ਤੇ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਨੇ ਜੀ। ਇੱਕ ਤਾਂ ਲੋਕਾਂ ਨੂੰ ਵਧੀਆ ਸਹੂਲਤ ਹੈ, ਇੱਕ ਰੋਡ ਦੇ ਉੱਪਰ ਬਾਜ਼ਾਰਾਂ ਭੀੜ ਭੜ ਕੇ ਬਾਜ਼ਾਰ 'ਚ ਨਹੀਂ ਜਾਣ ਦੀ ਲੋੜ। ਬਿਲਕੁਲ, ਅਤੇ ਬੜਾ ਵਧੀਆ ਕੰਮ ਹੈ ਜੀ। ਮਿਹਨਤ ਦੀ ਲੋੜ ਜ਼ਰੂਰ ਪੈਂਦੀ ਹੈ, ਪਰ ਮਿਹਨਤ ਦੇ ਹਰ ਕੰਮ 'ਚ ਕਰਨੀ ਪੈਂਦੀ ਹੈ। ਅਤੇ ਬਾਈ ਜੀ, ਅਖੀਰ 'ਤੇ ਨਾ ਆਪਣੇ ਦਰਸ਼ਕਾਂ ਨੂੰ ਆਪਾਂ ਇੱਕ ਵਾਰ ਲੋਕੇਸ਼ਨ ਦੁਬਾਰਾ ਜ਼ਰੂਰ ਦੱਸ ਦਈਏ, ਕੋਈ ਵੀ ਮਿੱਤਰ ਆਉਂਦਾ ਅਤੇ ਬਾਈ ਹੋਰਾਂ ਕੋਲ ਵੇਟ ਜ਼ਰੂਰ ਕਰਨਗੇ।
ਜੀ ਬਾਈ ਲੋਕੇਸ਼ਨ ਦੱਸ ਦਿਓ। ਬਿਲਕੁਲ ਜੀ, ਲੋਕੇਸ਼ਨ ਹੈਗੀ ਹੈ ਜੀ ਪਿੰਡ ਭੰਗਾਲਾ ਹੈ ਜੀ, ਭੰਗਾਲਾ ਰੇਲਵੇ ਸਟੇਸ਼ਨ ਦੇ ਬਿਲਕੁਲ ਓਪੋਜ਼ਿਟ ਹੈਗੇ ਹਾਂ ਆਪਾਂ। ਮੁਕੇਰੀਆਂ ਤੋਂ ਪਠਾਨਕੋਟ ਜਾਂਦੇ ਹੋਏ ਸਿਰਫ 8 ਕਿਲੋਮੀਟਰ 'ਤੇ, ਜਦੋਂ ਸ਼੍ਰੀਨਗਰ ਵਾਲੀ ਸਾਈਡ ਤੋਂ ਆਈਏ ਜੰਮੂ ਵਾਲੀ ਸਾਈਡ ਤੋਂ ਤਾਂ ਤੁਹਾਡੇ ਲੈਫਟ ਸਾਈਡ 'ਤੇ ਪੰਪ ਆਉਂਦਾ ਆਪਣਾ, ਉਹ ਪੰਪ ਦੇ ਪਿੱਛੇ ਹੈ ਐਕਚੁਅਲੀ, ਬਿਲਕੁਲ ਰੋਡ ਦੇ ਉੱਪਰ ਨਹੀਂ ਹੈਗੇ ਆਪਾਂ, ਇਸ ਕਰਕੇ ਪੈਟਰੋਲ ਪੰਪ 'ਤੇ ਬ੍ਰੇਕ ਮਾਰੋ ਅਤੇ ਪੈਟਰੋਲ ਪੰਪ ਦੇ ਉੱਪਰ ਆਪਾਂ ਅਵੇਲੇਬਲ ਹੈਗੇ ਹਾਂ। ਠੀਕ ਹੈ ਭਾਜੀ, ਭਾਅ ਜੀ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਵਧੀਆ ਲੱਗਿਆ, ਨਵਾਂ ਕਨਸੈਪਟ ਆ, ਜਿੰਨੇ ਵੀ ਪੰਪ ਵਾਲੇ ਮਿੱਤਰ ਨੇ ਇਹਨੂੰ ਜ਼ਰੂਰ ਫੋਲੋ ਕਰਨਗੇ ਪੂਰੇ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ। ਸਭ ਤੋਂ ਵੱਡੀ ਗੱਲ ਹੈ ਵੀ ਉਹ ਆਪਣਾ ਕੰਮ ਸ਼ੁਰੂ ਕਰਨਗੇ, ਨਾ ਕਿ ਇੰਟਰਨੈਸ਼ਨਲ ਬ੍ਰਾਂਡ ਨੂੰ ਲਿਆ ਕੇ ਬਿਠਾ ਦੇਣਗੇ ਆਪਣੇ ਉੱਪਰ। ਬਿਲਕੁਲ, ਕਿਉਂਕਿ ਨਾਲੇ ਤਾਂ ਆਪਣਾ ਰੁਜ਼ਗਾਰ ਵੱਧ ਹੈ, ਨਾਲੇ ਇਨਕਮ ਵੱਧ ਹੈ, ਨਾਲੇ ਚਲੋ ਆਪਣੀ ਇਕੋਨਮੀ ਨੂੰ ਫਾਇਦਾ ਹੁੰਦਾ ਇਹ ਚੀਜ਼ ਦਾ, ਜਿੰਨੀ ਵੀ ਇਨਕਮ ਆਪਣੇ ਦੇਸ਼ ਦੇ ਵਿੱਚ ਰਹੂਗੀ। ਅਤੇ ਬਾਈ ਜੀ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਹੀ ਦੋਸਤਾਂ ਨੂੰ ਬੇਨਤੀ ਕਰਦਾ ਵੀ ਆਪਣੇ ਵੱਡੇ ਭਰਾ ਨੇ ਅਤੇ ਬਾਈ ਹੋਰੀ ਉਮਰ 'ਚ ਵੀ ਵੱਡੇ ਨੇ ਅਤੇ ਕੱਦ 'ਚ ਵੀ ਵੱਡੇ ਨੇ, ਅਤੇ ਬਾਈ ਹੋਰਾਂ ਕੋਲ ਗੇੜਾ ਜ਼ਰੂਰ ਮਾਰਿਓ, ਕਿਉਂਕਿ ਬਾਈ ਹੋਰਾਂ ਨੇ ਨਵਾਂ ਕਨਸੈਪਟ ਲੈ ਕੇ ਆਏ ਨੇ ਅਤੇ ਬਹੁਤ ਵਧੀਆ। ਪਹਿਲਾਂ ਵੀ ਬਾਈ ਕੋਲ ਆਉਂਦੇ ਹੁੰਦੇ ਸੀ ਪੰਪ 'ਤੇ, ਅਤੇ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਬਾਈ ਹੋਰਾਂ ਦਾ ਮੇਨ ਗੱਲ ਕੀ ਹੁੰਦੀ ਨਾ, ਸੁਭਾਅ ਬਹੁਤ ਵਧੀਆ ਹੈਗਾ, ਅਤੇ ਜਿਹੜੇ ਵੀ ਮਿੱਤਰ ਆਪਣੇ ਜੁੜੇ ਨੇ, ਖਾਸ ਕਰਕੇ ਕਈ ਮਿੱਤਰ ਤਾਂ ਬਾਈ ਮੈਨੂੰ ਮੈਸੇਜ ਵੀ ਕਰ ਰਹੇ ਵੀ ਤੂੰ ਸੂਏ ਮਕੇਰੀਆਂ ਆ ਕੇ ਮੁੜ ਕੇ ਤੁਹਾਨੂੰ ਦੱਸਿਆ ਨਹੀਂ ਗਾ, ਅਤੇ ਉਹ ਜ਼ਰੂਰ ਬਾਈ ਕੋਲ ਗੇੜਾ ਮਾਰਿਓ, ਅਤੇ ਜਦੋਂ ਤੁਸੀਂ ਲੰਮੇ ਰੂਟ ਤੋਂ ਆਓ ਜਾਂ ਜਾਓ ਤਾਂ ਬਾਈ ਦੇ ਪੰਪ 'ਤੇ ਜ਼ਰੂਰ ਵੇਖ ਲਾਇਓ। ਲੋਕੇਸ਼ਨ ਆਪਾਂ ਸਕਰੀਨ 'ਤੇ ਦਿੱਤੀ ਹੈ, ਨੰਬਰ ਬਾਈ ਹੋਰਾਂ ਨੇ ਦਿੱਤਾ ਹੋਇਆ। ਧੰਨਵਾਦ ਦੋਸਤੋ।